ਕਿਸੇ ਦੀ ਵੀ ਹਿੰਮਤ ਨਹੀਂ ਪਈ ਪੁੱਛਣ ਦੀ ਕਿ ਤੁਸੀਂ ਕੇਸ ਕਿਉਂ ਨਹੀਂ ਰੱਖੇ, ਤੁਸੀਂ ਅੰਮ੍ਰਿਤ ਕਿਉਂ ਨਹੀਂ ਛਕਿਆ। ਬਾਬਾ ਜੀ ਘਰ ਘਰ ਜਾ ਕੇ ਮੀਟ ਸ਼ਰਾਬ ਛੱਡਣ ਵੱਲੋਂ ਕਹਿੰਦੇ, ਬਾਬਾ ਜੀ ਭਜਨ ਕਰਦੇ ਸਨ ਕਿ ਬਾਬਾ ਨਾਨਕ ਨਿੱਕੇ ਘੁੰਮਣੀ ਆਇਆ ਹੈ, ਬਾਬਾ ਜੀ ਭਜਨ ਕਰਦੇ ਸਨ ਕਿ ਸਾਰੇ ਕੰਮ ਅਸੀਂ ਆਪ ਕਰਦੇ ਹਾਂ, ਬਾਕੀ ਸਭ ਅਸੀਂ ਖੇਡੇ ਲਾਏ ਹਨ, ਬਾਬਾ ਜੀ ਭਜਨ ਕਰਦੇ ਸਨ ਕਿ ਸਾਨੂੰ ਚਾਰ ਯੁੱਗ ਹੋ ਗਏ ਹਨ ਧਰਤੀ 'ਤੇ ਆਉਂਦਿਆਂ, ਸਾਡੀ ਕਿਸੇ ਨੇ ਬਦਲੀ ਨਹੀਂ ਕੀਤੀ। ਬਾਬਾ ਜੀ ਅਤੇ ਜੈਦਾਰ ਮੱਕੜ ਸਿੰਘ ਜੀ ਨੇ ਕਦੇ ਵੀ ਕਿਸੇ ਕੋਲੋਂ ਇੱਕ ਪੈਸਾ ਨਹੀਂ ਮੰਗਿਆ, ਜਿੰਨੀ ਵੀ ਲੋੜ ਹੁੰਦੀ ਆਪਣੀ ਜੇਬ ਵਿੱਚੋਂ ਕੱਢ ਕੇ ਖਰਚ ਲੈਂਦੇ ਸਨ। ਬਾਬਾ ਜੀ ਅਤੇ ਜੈਦਾਰ ਮੱਕੜ ਸਿੰਘ ਜੀ ਮਾਇਆ ਤੋਂ ਰਹਿਤ ਗਏ ਹਨ। ਜਿਸ ਕਿਸੇ ਨੇ ਵੀ ਪੁੱਛਣਾ ਹੈ ਕਿ ਬਾਬਾ ਨਾਨਕ ਨਿੱਕੇ ਘੁੰਮਣੀ ਆਇਆ ਹੈ, ਤੇ ਜਹੇਦਾਰ ਦਾਵੇਂ ਪਾਤਸ਼ਾਹ ਨੂੰ ਬੋੜੀ ਸਾਹਿਬ ਬਾਬਾ ਸ਼ਿਵ ਜੀ ਤੋਂ ਆ ਕੇ ਪੁੱਛ ਸਕਦੇ ਹਨ। ਬਾਬਾ ਸ਼ਿਵ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਕਿ ਮੁੰਡੇ ਦਾਬੇ ਮਾਰਦੇ ਹਨ ਕਿ ਪਾਠ ਨਹੀਂ ਕਰਦੇ ਨੇ। ਬਾਬਾ ਜੀ ਨੇ ਅੱਗੇ ਬਚਨ ਕੀਤਾ ਕਿ ਪਾਠ ਲਿਖੋ ਵੀ ਤੇ ਅਪੜੋ ਵੀ, ਜਿਹੜਾ ਡੱਕੂਗਾ ਮਿੱਟੀ 'ਚ ਮਿਲਾ ਦੇਵਾਂਗੇ। ਬਾਬਾ ਜੀ ਹਰੇਕ ਅਖੰਡ ਪਾਠ ਸਾਹਿਬ ਜੀ ਦੇ ਭੋਗ 'ਤੇ ਜਾ ਕੇ ਆਪ ਵੀ ਅਤੇ ਆਪਣੇ ਪਾਠੀ ਸਿੰਘਾਂ ਨੂੰ ਵੀ ਵੈਸ਼ਨੋ ਬਿਰਤੀ ਮੀਟ ਸ਼ਰਾਬ ਹੋਰ ਸਾਰੇ ਨਸ਼ੇ ਤਿਆਗ ਕਰਨ ਲਈ ਕਹਿੰਦੇ ਸਨ। ਬਾਬਾ ਜੀ ਭਜਨ ਕਰਦੇ ਸਨ ਕਿ ਗੁਰੂ ਘਰੋਂ ਦੋ ਪੰਥ ਚੱਲਣੇ ਹਨ, ਇੱਕ ਵੀਰ ਰਸ ਗਾਤਰਿਆਂ ਵਾਲਿਆਂ ਦਾ ਅਤੇ ਦੂਜਾ ਭਗਤੀ ਵਾਲਿਆਂ ਦਾ, ਦੋਵੇਂ ਮੇਰੇ ਹਨ, ਜਿਸ ਵਿੱਚ ਕੋਈ ਮਰਜ਼ੀ ਭਰਤੀ ਹੋ ਜਾਵੇ, ਭਗਤੀ ਵਾਲਾ ਪਾਸਾ ਵੱਧ ਹੈ। ਬਾਬਾ ਜੀ ਕਹਿੰਦੇ ਸਨ ਕਿ ਜੋ ਵਿਅਕਤੀ ਸਾਧ ਸੰਗਤ ਵਿੱਚ ਆ ਕੇ ਮੀਟ ਸ਼ਰਾਬ ਛੱਡਣ ਲਈ ਬਾਂਹ ਖੜੀ ਕਰੇਗਾ, ਅਸੀਂ ਉਹਦੇ ਇੱਥੇ ਵੀ ਜਾਮਣ ਰਹੇ ਅਤੇ ਅਗਾਂਹ ਵੀ ਜਾਮਣ ਰਵਾਂਗੇ। ਉਹਨੂੰ ਦਰਗਾਹ ਵਿੱਚ ਕੋਈ ਕੋਈ ਲੇਖਾ ਨਹੀਂ ਪੁੱਛੇਗਾ, ਸਾਰੀ ਸੰਗਤ ਗਵਾਹੀ ਭਰੇਗੀ। ਬਾਬਾ ਨਾਨਕ ਨਿੱਕੇ ਘੁੰਮਣੀ ਆਇਆ ਹੈ। ਬਾਬਾ ਜੀ ਭਜਨ ਕਰਦੇ ਸਨ ਕਿ ਜਿੰਨੀ ਵੀ ਸੰਗਤ ਡੇਰੇ ਆਉਂਦੀ ਹੈ ਸਾਰੀਆਂ ਪਹਿਲਾਂ ਦੀ ਇਕੱਠੀ ਕੀਤੀ ਹੋਈ ਹੈ, ਹੁਣ ਵੀ ਜਿਹੜੀ ਸੰਗਤ ਆਉਂਦੀ ਹੈ ਬਾਬਾ ਜੀ ਦੇ ਹੁਕਮ ਨਾਲ ਹੀ ਆਉਂਦੀ ਹੈ। ਬਾਬਾ ਜੀ ਭਜਨ ਕਰਦੇ ਸਨ ਕਿ ਇੱਕ ਪਾਸੇ ਰਾਮ ਹੋਵੇਗਾ ਅਤੇ ਇੱਕ ਪਾਸੇ ਰਾਮ ਦੀ ਸੰਧਿਆ ਹੋਵੇਗੀ, ਜਿਸ ਪਾਸੇ